ਤੁਸੀਂ ਦੇਖ ਰਹੇ ਹੋ ਤਹਿਲਕਾ ਪੰਜਾਬ ਆਵਾਜ਼ ਪੰਜਾਬ ਦੀ ਮੈਂ ਹਾਂ ਵਿਜੇਪਾਲ ਸਿੰਘ ਤੇਜੀ ਤਹਿਲਕਾ ਪੰਜਾਬ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕੋਵਿਡ-19 ਦੀ ਮਹਾਮਾਰੀ ਤੋਂ ਅੱਜ ਪੂਰੀ ਦੁਨੀਆ ਪੀੜਿਤ ਹੈ ਉੱਥੇ ਹੀ ਅੱਜ ਗੁਰਦੁਆਰਾ ਲਗਨ ਸਾਹਿਬ ਨਾਨਕਸਰ ਮੁਹੱਲਾ ਧਰਮਕੋਟ ਸ਼ਾਹਪੁਰ ਰੋਡ ਫੁਹਾੜਾ ਦੇ ਮੁਖੀ ਬਾਬਾ ਰੰਗਾ ਸਿੰਘ ਅਤੇ ਸੇਵਾਦਾਰ ਬਾਬਾ ਲਖਵੀਰ ਸਿੰਘ ਵੱਲੋਂ ਮਾਨਤਵਾ ਦੇ ਭਲੇ ਲਈ ਸ੍ਰੀ ਸੰਪਟ ਅਖੰਡ ਪੱਠਾਂ ਦੀ ਲੜੀ ਆਰੰਭ ਕੀਤੀ ਗਈ ਜੋ ਕਿ 8 ਮਈ ਤੋਂ 16 ਮਈ ਤੱਕ ਲੜੀਵਾਰ ਚੱਲਣਗੇ। ਲੋਕਡਾਊਨ ਕਰਫਿਊ ਦੀ ਪਾਲਣਾ ਕਰਦੇ ਹੋਏ ਦੇਸ਼ ਤੇ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਲਈ ਨਾਮ ਸਿਮਰਨ ਨਾਲ ਜੁੜਨ ਲਈ ਇਹਨਾਂ ਪਾਠਾਂ ਦਾ ਸਿੱਧਾ ਪ੍ਰਸਾਰਣ ਰੋਜ਼ਾਨਾ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਤਹਿਲਕਾ ਪੰਜਾਬ ਤੇ ਦੇਖ ਸਕਦੇ ਹੋ। ਇਸ ਮੌਕੇ ਮੁਖੀ ਬਾਬਾ ਰੰਗਾ ਸਿੰਘ ਅਤੇ ਸੇਵਾਦਾਰ ਬਾਬਾ ਲਖਵੀਰ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਸੰਕਟ ਦੀ ਘੜੀ ਵਿੱਚ ਸਾਨੂੰ ਸਾਰਿਆਂ ਨੂੰ ਆਪਣੇ ਆਪਣੇ ਘਰਾਂ ਵਿੱਚ ਬੈਠ ਕੇ ਨਾਮ ਸਿਮਰਨ ਨਾਲ ਜੁੜਨਾ ਚਾਹੀਦਾ ਹੈ ਤਾਂ ਕਿ ਪ੍ਰਸ਼ਾਸਨ ਦੀਆਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਨੀ ਚਾਹੀਦੀ ਹੈ ਕਿ ਇਸ ਕਰੋਨਾ ਦੀ ਭਿਆਨਕ ਬਿਮਾਰੀ ਤੋਂ ਸਾਰੀ ਦੁਨੀਆ ਨੂੰ ਜਲਦ ਤੋਂ ਜਲਦ ਛੁਟਕਾਰਾ ਮਿਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਵਿਜੇਪਾਲ ਸਿੰਘ ਤੇਜੀ, ਤੁਸੀਂ ਦੇਖ ਰਹੇ ਹੋ ਤਹਿਲਕਾ ਪੰਜਾਬ ਆਵਾਜ਼ ਪੰਜਾਬ ਦੀ। ਜਿਸ ਦਿਨ ਤੋਂ ਲੋਕਡਾਊਨ ਕਰਫਿਊ ਲੱਗਿਆ ਹੋਇਆ ਹੈ, ਸੋ ਅਸੀਂ ਹਾਂ ਅੱਜ ਗੁਰਦੁਆਰਾ ਲਗਨ ਸਾਹਿਬ ਮੁਹੱਲਾ ਧਰਮਕੋਟ ਸ਼ਾਹਪੁਰ ਰੋਡ ਫੁਹਾੜਾ। ਸਾਡੇ ਨਾਲ ਹਨ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਲਖਵੀਰ ਸਿੰਘ ਜੀ, ਜੋ ਕਿ ਜਿਸ ਦਿਨ ਤੋਂ ਲੋਕਡਾਊਨ ਲੱਗਾ ਹੋਇਆ ਹੈ ਉਸ ਦਿਨ ਤੋਂ ਜ਼ਰੂਰਤਮੰਦਾਂ ਦੀਆਂ ਜ਼ਰੂਰਤਾਂ ਨੂੰ ਵੇਖਦੇ ਹੋਏ ਆਪਣੀਆਂ ਨਿਰੰਤਰ ਸੇਵਾਵਾਂ ਨਿਭਾ ਰਹੇ ਹਨ। ਅੱਜ ਸਰਬੱਤ ਦੇ ਭਲੇ ਲਈ ਉਹਨਾਂ ਨੇ ਸੰਪਤ, ਸੋ ਸਾਡੇ ਨਾਲ ਹਨ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਰੰਗਾ ਸਿੰਘ ਜੀ, ਗੁਰਦੁਆਰਾ ਲਗਨ ਸਾਹਿਬ ਮੁਹੱਲਾ ਧਰਮਕੋਟ ਰੋਡ ਹੁਸ਼ਿਆਰਪੁਰ ਫੁਹਾੜਾ, ਜਿਨ੍ਹਾਂ ਦੀ ਕਿ ਜੋ ਮੁੱਖ ਸੇਵਾਦਾਰ ਇਹ ਗੁਰਦੁਆਰੇ ਵਿੱਚ ਆਪਣੀਆਂ ਨਿਰੰਤਰ ਸੇਵਾਵਾਂ ਨਿਭਾ ਰਹੇ ਹਨ। ਅਸੀਂ ਮਹਿਸੂਸ ਕਰਦੇ ਹਾਂ ਕਿ ਜਦੋਂ ਵੀ ਦੇਖੀਏ ਇਹਨਾਂ ਨੂੰ ਉਦੋਂ ਇਹ ਰੱਬ ਦੇ ਨਾਲ ਜੁੜੇ ਹੋਏ ਹੁੰਦੇ ਹਨ। ਸੋ ਅਸੀਂ ਉਹਨਾਂ ਨਾਲ ਗੱਲ ਕਰਨ ਜਾ ਰਹੇ ਹਾਂ ਕਿ ਜੋ ਅੱਜ ਸੰਪਤ ਖੰਡ ਪਾਠਾਂ ਦੀ ਲੜੀ ਆਰੰਭ ਹੋਈ ਆ, ਸੋ ਬਾਬਾ ਜੀ ਉਹਨਾਂ ਬਾਰੇ ਕੋਈ ਸੰਗਤਾਂ ਨੂੰ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਨੂੰ ਸਾਰੀਆਂ ਅੱਗੇ ਬੇਨਤੀ ਹੈ, ਤੜਕੇ ਤੋਂ ਉੱਠ ਕੇ ਘਰ ਘਰ ਨਾਮ ਜਪਣ, ਗੁਰੂ ਦਾ ਨਾਮ ਜਪਣ, ਗੱਲਾਂ ਬੜੀਆਂ ਪੂਰਨ ਹੋਣ। ਸਾਰੀ ਦੁਨੀਆ 'ਚ ਸਤਿਗੁਰ ਨਾਨਕ ਨਿਰੰਕਾਰ ਸਭਨਾਂ ਨੂੰ ਤੰਦਰੁਸਤੀ ਬਖਸ਼ੇ, ਮਿਹਰ ਭਰਿਆ ਸਿਰ ਹੱਥ ਰੱਖੇ, ਦੁੱਖ ਕਾਸ਼ਟ ਗੁਰੂ ਮਹਾਰਾਜ ਸਾਰਿਆਂ ਦੇ ਕੱਟੇ, ਮਹਦੀਪੁਰ ਵਾਲੀ ਸੱਚੀ ਸਰਕਾਰ, ਸੰਤ ਬਾਬਾ ਤਾਰਾ ਸਿੰਘ ਜੀ, ਸੰਤ ਬਾਬਾ ਤਰਲੋਕ ਸਿੰਘ ਜੀ, ਇਹਨਾਂ ਵਾਸਤੇ ਜਿੱਦਣ ਦੇ ਉਹਨੇ ਨਿਸ਼ਾਨ ਲਾਏ ਆ ਇਸ ਧਰਤੀ ਨੂੰ, ਨੌ ਖੰਡ ਪ੍ਰਿਥਵੀ ਨੂੰ ਭਾਗ ਲਾਏ ਆ, ਉਹਨਾਂ ਦੀ ਕੀਤੀ ਹੋਈ ਅੱਜ ਦੇਸਾਂ ਪਰਦੇਸਾਂ 'ਚ ਬਹੁਤ ਉਹਨਾਂ ਦਾ ਧੰਨਵਾਦ ਹੈ। ਜੋ ਵੀ ਉਹਨਾਂ ਦੇ ਸੇਵਕ ਸਰਸੰਗੀ ਗਏ ਹੋਏ ਆ, ਉਹ ਨਾਮ ਜਿਹਾ ਨਾਮ ਜਪਿਆ ਕਰਨ, ਤੰਦਰੁਸਤੀ ਮੰਗਣ। ਇਹ ਜਿਹੜਾ 7 ਦਿਨ ਦਾ ਖੰਡ ਪਾਠ ਹੈ, ਇਹ ਸਾਰੀਆਂ ਸੰਗਤਾਂ ਅੱਗੇ ਬੇਨਤੀ ਹੈ, 14 ਤਰੀਕ ਦਿਨ ਵੀਰਵਾਰ ਸਾਰੇ ਇੱਥੇ ਹਾਜ਼ਰ ਹੋਣ। ਜਿੱਥੇ ਜਿੱਥੇ ਵੀ ਕੋਈ ਆਵਾਜ਼ ਸੁਣਦਾ ਹੋਵੇ ਉਹ ਇੱਥੇ ਹਾਜ਼ਰ ਹੋਣ, ਆਉਣ ਦੀ ਕਿਰਪਾਲਤਾ ਕਰਨ। ਸਾਰੀ ਦੁਨੀਆ 'ਤੇ ਨੌ ਖੰਡ ਪ੍ਰਿਥਵੀ, ਨੌ ਖੰਡ ਕਾਸ਼, ਇਹਨਾਂ ਦੇ ਉੱਤੇ ਸੁੱਖ ਸ਼ਾਂਤੀ, ਸੁੱਖ ਦੀ ਘੜੀ ਸਭ ਦੁਨੀਆ ਵਾਸਤੇ, 4 ਘੂੰਟ ਦੀ ਦੁਨੀਆ ਜਿਨ੍ਹਾਂ ਦੇ ਵਿੱਚ ਇਹ ਸੁੱਖ ਦੇ ਵਾਸਤੇ ਸੰਤ ਬਾਬਾ ਮਹਦੀਪੁਰ ਵਾਲਿਆਂ ਦੀ ਜੈ ਜੈਕਾਰ ਹੋਵੇ, ਉਹਨਾਂ ਦੀਆਂ ਉਹਨਾਂ ਨੂੰ ਵਧਾਈ ਹੋਵੇ। ਉਹ ਖਦਾਈ ਕਰਦੇ ਰਹਿਣ, ਉਹ ਸਦਾ ਹੀ ਉਹਨਾਂ ਦੀ ਸੁੱਖ ਰੱਖੇ, ਉਹਨਾਂ ਦਾ ਮਿਹਰ ਭਰਿਆ ਸਿਰ ਹੱਥ ਰੱਖੇ। ਜਿਹੜੇ ਇੱਥੇ ਆ ਕੇ ਗੱਲਾਂ ਪੜ੍ਹਾਉਂਦੇ ਵੀ ਹੈ, ਕਰਦੇ ਵੀ ਹੈ, ਉਹਨਾਂ 'ਤੇ ਵੀ ਪਰਿਵਾਰ 'ਚ ਸੁੱਖ ਸ਼ਾਂਤੀ ਰਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਹੈ, ਸੋ ਜੋ ਕਿ ਸੰਗਤਾਂ ਦੀ ਜ਼ਰੂਰਤ ਨੂੰ ਵੇਖਦੇ ਹੋਇਆਂ ਉਹਨਾਂ ਨੇ ਤਹਿਲਕਾ ਪੰਜਾਬ ਦੀ ਟੀਮ ਦੇ ਨਾਲ ਮਿਲ ਕੇ ਇੱਕ ਬਹੁਤ ਹੀ ਅੱਛਾ ਉਪਰਾਲਾ ਕੀਤਾ ਹੈ ਕਿ ਜੋ ਇਹ ਖੰਡ ਪਾਠਾਂ ਦੀ ਲੜੀ ਆਰੰਭ ਹੋਈ ਹੈ, ਸੁਬਹਾ 8 ਵਜੇ ਤੋਂ ਲੈ ਕੇ 10 ਵਜੇ ਤੱਕ ਡੇਲੀ ਲਾਈਵ ਪ੍ਰੋਗਰਾਮ ਕੀਤਾ ਜਾਵੇਗਾ। ਸੋ ਅਸੀਂ ਜਾਣਨਾ ਚਾਹਾਂਗੇ ਕਿ ਬਾਬਾ ਜੀ ਇਹ ਜੋ
प्रोग्राम है, किस तरह तुम इस अरेजमेंट कर रहे हो तो कि ये प्रोग्राम चलने? वाहगुरु जी का खालसा वाहगुरु जी की फतेह। सरबत दे भले वास्ते अज गुरद्वारा लगन साहब नानकसर महला तरमगुट फगवाड़ा विखे श्री संपट अखंड पाठ साहब आरंभ किए गए। संगतां दे भले वास्ते तहलका चैनल वाले वीरां नाल पत्रकारां नाल वीरां नाल मिल के जिहड़ियां संगतां देशां विदेशां विच बैठियां जां इलाके दियां संगतां आपो अपने घरां च बैठ के सवेरे 8 बजे तो लैके 10 बजे तक हर रोज़ गुरबाणी सरवण करन अते आनंद मानन ते सारे संसार दे भले की अरदास करन जिन्हां दे भोग 14 तरीक नूं पाए जाणगे। और जिहड़ियां संगतां सहयोग दे रहियां ने सतगुरु महाराज के चरणों में अरदास करते हैं कि वाहेगुरु सब नूं चढ़दी कला बख्शियो अते सारे संसार विच सुख शांति बरतौनी ते सारियां संगतां दा बहुत बहुत धन्यवाद करते हैं। मीडिया वाले वीरां दा भी धन्यवाद करते हैं जिहड़े साडी आवाज़ संगतां तक पहुँचा रहे ने। सारियां संगतां दा बहुत बहुत धन्यवाद। सारे रल मिल के रहिए, महाराज कृपा करन। एक पिता एक इसके हम बारक तू मेरा गुरहाई। सारे ही उस परमेश्वर वाहिगुरु दे आपां धीआं पुत्तर बच्चे हाँ, मिल के रहिए। नफरत की जिहड़ी कंध है वह आपां खत्म करिए, एक दूसरे नाल प्यार नाल रहिए। वाहिगुरू जी का खालसा वाहिगुरू जी की फतेह। सो ये सन बहुत ही सत्कारयोग संत बाबा लखवीर सिंह जी गुरद्वारा लगन साहब हुशियारपुर रोड फगवाड़ा महला धर्मकोट। सो जो कि जिस दिन तो ये लॉकडाउन करफ्यू लग्या होया है कि अपनी सेवावां जरूरतमंदा लई निभा रहा है। सो मैं तहलका पंजाब की टीम वालों अरदास करना कि सच्चे पातशाह वाहिगुरू इन्हां नूं होर बल बख्शे, हिम्मत बख्शे ते इस तरह अपनी सेवावां नूं आंदे रहन। सो बाबा जी तहलका पंजाब विच तुहाडा बहुत बहुत स्वागत। धन्यवाद। वाहिगुरू जी का खालसा वाहिगुरू जी की फतेह। फगवाड़ा तो जस्सी सैनी की रिपोर्ट।